स्वागत है किसान वीरो तुहाडा यूट्यूब चैनल सिदक डेयरी फार्मिंग दे विच। किसान वीरो अज जिहड़ी वीडियो बना रहे हैं पिंड कोहाला तहसील जीरा ते जिला इहनू फिरोजपुरी पैंदा इस पिंड दे विचों इसे घर दीआं दोस्तों बहुत सारिया वीडियो चैनल उत्ते अपलोड है। जायज जे रेट दे पशु हुंदे दोस्तों क्योंकि बहुते वीर फोन करदे आ तां उहनां वल्लों इह कहा जांदा वी कोई सस्ते रेट दीआं मझां सानूं दिखाया करो क्योंकि हरेक तरहां दा वीर जिहड़ा चैनल नाल जुड़िया हुआ हुंदा है। थोड़े जुड़न करके दोस्तों इह चैनल है। कोई वीर चंगे पशु महंगे खरीदण दे शौकीन है, किसी कोल गुंजाइश इन्नी हुंदी है वी उहनां नूं दुध वास्ते कोई दरम्याने रेट का पशु चाहिए। सो अज की वीडियो च दोस्तों तिने जिहड़ियां इह सस्ते रेट दीआं मझां कहांगे। हालांकि हरेक पशु का रेट उहदे आपदी शरीरक योगता दे हिसाब से हुंदा, जिन्ना को दुध दे सकदा है जेब जो उहदा ढांचा उहदे हिसाब से रेट हुंदा। पर घट रेट दे विच दोस्तों किसी का जिहड़ा दुध घर की लोड़ पूरी करन वास्ते उह जे रेट दीआं इह मझां। आओ बाई जी नाल गलबात करदे हां ते कल्ली कल्ली मझ बारे डिटेल च इहनां तों पता करदे हां। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ। ਨਾਮ ਦੱਸੀ ਮੇਰੇ ਵਰਿੰਦਰਜੀਤ ਸਿੰਘ ਜੀ। ਵਰਿੰਦਰਜੀਤ ਸਿੰਘ, ਠੀਕ ਹੈ। ਜ਼ਿਆਦਾ ਮੱਝਾਂ ਹੀ ਖਰੀਦਦੇ ਹੋ? ਹਾਂਜੀ ਹਾਂਜੀ, ਮੱਝਾਂ ਠੀਕ ਹੈ। ਅੱਛਾ ਵਰਿੰਦਰ ਬਾਈ, ਪਹਿਲਾਂ ਇਹ ਜਿਹੜੀ ਵਿਚਾਲੇ ਮੱਝ ਬੱਧੀ ਹੈ ਆਪਾਂ ਚਾਰੇ ਪੈਰ ਜਿਹਦੇ ਚਿੱਟੇ ਆ, ਹਾਂਜੀ, ਇਹ ਤੋਂ ਸ਼ੁਰੂ ਕਰਦੇ ਹਾਂ। ਕਿੰਨਵੇਂ ਸੂਏ ਸੂਣਾ ਇਹ? ਤੀਜਾ ਸੂਆ ਸੂਗੀ ਜੀ। ਹੁਣ ਕਿੰਨਾ ਚਿਰ ਰਹਿੰਦਾ ਇਹ? ਤਿਆਰ ਹੀ ਆ ਜੀ, ਦੋ ਚਾਰ ਦਿਨ ਲਊਗੀ ਬਸ। ਦੋ ਚਾਰ ਦਿਨ ਲਊਗੀ, ਹਾਂਜੀ ਹਾਂਜੀ, ਠੀਕ ਹੈ। ਤੇ ਇਹਦਾ ਰੇਟ ਕੀ ਕਰਦੇ ਹੋ? ਇਹਦਾ ਰੇਟ 65,000 ਰੁਪਏ। 65,000 ਰੇਟ ਆਪਣੇ ਜਾਇਜ਼ ਹੀ ਹੁੰਦੇ ਆ, ਇਹ ਰੇਟ ਦਾ ਕੋਈ ਚੱਕਰ ਨਹੀਂ। ਇਹ ਨਹੀਂ ਵੀ ਜੇ ਆਪਣੇ ਰੇਟ ਜਾਇਜ਼ ਆ ਤੇ ਮਾਲ ਗੰਦਾ, ਉਹ ਮਾਲ ਵੀ ਸਾਫ ਸੁਥਰਾ ਹੀ ਹੁੰਦਾ ਹੈ, ਠੀਕ ਹੈ। ਦੋਸਤੋ ਰੇਟ 65,000, ਤੀਜਾ ਸੂਆ, ਪੈਰ ਚਾਰੇ ਵਾਈਟ ਹੈ, ਮੱਥਾ ਵੱਲਾ, ਨੱਕ ਤੇ ਵੀ ਵਾਈਟ ਨਿਸ਼ਾਨ ਹੈਗਾ, ਹਵਾਨਾ ਬਹੁਤ ਸਾਫ ਆ ਦੋਸਤੋ। ਥਣਾਂ ਦੀ ਬਣਤਰ ਤੁਸੀਂ ਦੇਖ ਸਕਦੇ ਆ ਤੇ ਹਵਾਨੇ ਦੀ ਉੱਤੋਂ ਛੇਪ ਦੇਖ ਲਓ। ਇਹ ਕਸਮੇ ਹਵਾਨੇ ਚ ਰਹੂਗੀ ਦੋਸਤੋ, ਪਰ ਦੁੱਧ ਨੂੰ ਖਰੀ ਨਿਕਲੂਗੀ ਜਿਹੜੇ ਹਿਸਾਬ ਤੇ ਇਹਦੇ ਥਣਾਂ ਦੀ ਬਣਤਰ ਉਹ ਵੀ ਦੱਸਦੀ ਹੈ। ਬਾਕੀ ਤੋਰ ਕੇ ਵੀ ਦਿਖਾਉਣੇ ਆ, ਥਣਾਂ ਚ ਬਿੱਥੀ ਦੋਨੇ ਪਾਸਿਓਂ ਚੰਗੀ ਹੈ, ਸੋਹਣੇ ਥਣ ਹਵਾਨੇ ਦੀ ਮੱਝ ਹੈ। ਤੀਜੇ ਸੂਏ ਸੋਹਣਾ ਕਮਾਲਾ ਬਾਈ, ਇਹਨੂੰ ਦੋਸਤੋ ਤੋਰ ਕੇ ਤੁਹਾਨੂੰ ਦਿਖਾ ਦਿੰਦੇ ਹਾਂ। ਬਾਕੀ ਕਿਸੇ ਵੀਰ ਨੇ ਕੋਈ ਪਸ਼ੂ ਖਰੀਦਣਾ ਆ ਕੇ ਜ਼ਰੂਰ ਦੇਖਿਆ ਕਰੋ, ਕੋਸ਼ਿਸ਼ ਕਰਿਆ ਕਰੋ ਸਾਹਮਣੇ ਆਪਦੀਆਂ ਅੱਖਾਂ ਦੇ ਦੇਖ ਕੇ ਫਿਰ ਜਿਹੜੀ ਗੱਲਬਾਤ ਬਾਈ ਜੀ ਹੋਰਾਂ ਨਾਲ ਕਰ ਲਿਆ ਕਰੋ। ਸਿੰਘ ਮੂੰਹ ਮੱਥਾ ਦੋਸਤੋ ਤੁਸੀਂ ਇੱਥੋਂ ਵੀਡੀਓ ਦੇ ਵਿੱਚੋਂ ਦੇਖ ਸਕਦੇ ਹਾਂ। ਥਣਾਂ 'ਚ ਬਿੱਥੀ ਚੰਗੀ ਉਹ ਮੈਂ ਪਹਿਲਾਂ ਹੀ ਤੁਹਾਨੂੰ ਦੱਸਤਾ ਸੀ। ਬਾਕੀ ਜਦੋਂ ਤੁਰੂਗੇ ਉਦੋਂ ਤੁਹਾਨੂੰ ਇਹਦਾ ਹਵਾਨਾ ਦਿਸ ਜਾਣਾ। ਹਵਾਨਾ ਬਿਲਕੁਲ ਸਾਫ਼ ਆ ਦੋਸਤੋ, ਜਿਵੇਂ ਚੌਰਸ ਹਵਾਨੇ ਦੀ ਇਹ ਮੱਝ ਹੈ। ਤੀਜੇ ਸੂਏ ਬਾਈ ਜੀ ਦੱਸਦੇ ਆ ਸੋਹਣਾ ਬਾ ਕਮਾਲਾ ਬਾਈ, ਦੇਖ ਸਕਦੇ ਹਾਂ ਦੋਸਤੋ। ਸਿੰਘ ਪਿੱਛੇ ਨੂੰ ਹੈ ਦੋਸਤੋ, ਥੋੜ੍ਹਾ ਖੁੱਲ੍ਹਾ, ਪਰ ਰੇਟ ਦੇ ਹਿਸਾਬ 'ਤੇ ਜਿਹੜਾ ਮੇਨ ਚੀਜ਼ ਹੈ ਦੋਸਤੋ ਉਹ ਥਣ ਹਵਾਨਾ ਹੁੰਦਾ, ਕਿਉਂਕਿ ਸਾਫ਼ ਥਣ ਹਵਾਨੇ ਦਾ ਪਸ਼ੂ ਪੋਕੜ ਵੀ ਵੇਚਣਾ ਹੋਵੇ ਤਾਂ ਲਗਭਗ ਸੱਜਰ ਵਾਲੇ ਰੇਟ 'ਚ ਦੋਸਤੋ ਵਿਕ ਜਾਂਦਾ, ਬਹੁਤੇ ਪੈਸੇ ਘਟਾਉਂਦਾ ਨਹੀਂ ਹੁੰਦਾ। ਚੰਗੀ ਸੋਹਣੀ ਮੱਝ ਹੈ ਦੋਸਤੋ, ਰੇਟ ਦੇ ਹਿਸਾਬ 'ਤੇ 65,000 ਡਿਮਾਂਡ ਹੈ। ਇਹਦੇ 'ਚੋਂ ਮੌਕੇ 'ਤੇ ਥੋੜ੍ਹਾ ਬਹੁਤ ਬਾਈ ਜੀ ਹੋਰਾਂ ਨੇ ਤੁਹਾਡਾ ਮਾਨ ਤਾਨ ਕਰ ਦੇਣਾ, ਕੁਛ ਰੇਟ ਘੱਟ ਜਾਣਾ। ਦੋ ਨੰਬਰ 'ਤੇ ਜਿਹੜੀ ਮੱਝ ਹੈ ਬਾਈ ਇਹਦੇ ਬਾਰੇ ਦੱਸੀ, ਇਹ ਕਿੰਨਵਾਂ ਸੂਆ ਸੂੰਦੀ ਹੈ? ਇਹ ਵੀ ਤੀਜਾ ਸੂਗੀ, ਠੀਕ ਹੈ। ਇਹਦਾ ਕਿੰਨਾ ਚਿਰ ਰਹਿੰਦਾ? ਇਹ ਹਫ਼ਤਾ ਲੈ ਜੂਗੀ, ਇੱਕ ਹਫ਼ਤਾ ਲੈ ਜੂਗੀ। ਹਾਂਜੀ, ਇਹਦਾ ਰੇਟ ਕੀ ਕਰਦੇ ਹੋ? ਇਹਦਾ 66,000 ਰੁਪਏ। 66,000, ਹਾਂਜੀ, ਖੋਲ ਲਈ ਦੋਸਤੋ। ਤੀਜਾ ਸੂਆ ਜੀ ਇਹਦਾ ਦੱਸਿਆ, ਬਾਕੀ ਮੈਂ ਪਹਿਲਾਂ ਵੀਡੀਓ 'ਚ ਵੀ ਕਈਆਂ 'ਚ ਦੱਸਿਆ ਦੋਸਤੋ, ਕਈ ਪਸ਼ੂ ਵੱਡੀ ਉਮਰ ਦੇ ਵਿੱਚ ਪਹਿਲੇ ਸੂਏ ਸੂੰਦੇ ਆ, ਕਈ ਪਹਿਲਾ ਸੂਆ ਸੂ ਕੇ ਉਦੋਂ ਬਾਅਦ ਛੇਤੀ ਗੱਭਰ ਨਹੀਂ ਹੁੰਦੇ, ਕਈ ਕਾਰਨ ਬਣ ਜਾਂਦੇ ਆ। ਸੂਏ ਤੋਂ ਤੁਸੀਂ ਪਸ਼ੂ ਦੀ ਉਮਰ ਦਾ ਅੰਦਾਜ਼ਾ ਨਹੀਂ ਲਾ ਸਕਦੇ, ਸਹੀ ਮਹੀਨਿਆਂ ਦੇ ਵਿੱਚ ਪਸ਼ੂ ਦੀ ਉਮਰ ਦਾ ਅੰਦਾਜ਼ਾ ਉਹਦੇ ਹੱਡਾਂ ਪੈਰਾਂ ਤੋਂ ਉਹਦੇ ਢਾਂਚੇ ਤੋਂ ਲਾਇਆ ਕਰੋ ਦੋਸਤੋ। ਇਹ ਵੀ ਹਵਾਨਾ ਹਜੇ ਕੱਢੂਗੀ ਕਿਉਂਕਿ ਹਜੇ ਦਿਨ ਲੈਂਦੀ ਹੈ, ਕੱਚੀ ਮੱਝ ਹੈ ਇਹ, ਬਮੋੜ ਲਵੇ। ਉੱਚਾ ਲੰਬਾ ਕੱਦ ਹੈ, ਭਾਰੀ ਮੱਝ ਹੈ ਦੋਸਤੋ ਇਹ। ਸਿੰਘ ਇਹਦੇ ਵੀ ਜ਼ਰੂਰ ਖੁੱਲ੍ਹੇ ਹੈ, ਰੇਟ 66,000 ਹੈ। ਢਾਂਚੇ ਦੀ ਇਹ ਬਹੁਤ ਚੌੜੀ ਮੱਝ ਹੈ, ਤੁਸੀਂ ਉੱਤੋਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ। ਇਹਨੇ ਹਜੇ ਦੋਸਤੋ ਹਵਾਨਾ ਬਣਾਉਣਾ ਕਿਉਂਕਿ ਇੱਕ ਹਫ਼ਤਾ ਇਹਦਾ ਸੋਣ 'ਚ ਰਹਿੰਦਾ, ਹਜੇ ਹਵਾਨਾ ਇਹ ਪੂਰਾ ਕੱਢੂਗੀ, ਪਰ ਟਾਈਮ ਹਜੇ ਦੋਸਤੋ ਨੇ ਲੈ ਜਾਣਾ, ਹਜੇ ਵੀ ਕੱਚੀ ਹੈ। ਮਿਲਕਵੇਨ ਵੀ ਚੰਗੀ ਆਉਂਦੀ ਹੈ, ਥਣਾਂ ਦੀ ਬਣਤਰ ਇਹਦਿਆਂ ਦੀ ਵੀ ਸੋਹਣੀ ਹੈ। ਇਹਦੋਂ ਅੱਗੇ ਇੱਕ ਦੋਸਤੋ ਸਾਈਡਾਂ ਨੂੰ ਸਿੰਘ ਜੇ ਹੈ, ਇਹ ਵੀ ਮੱਝ ਬਾਈ ਕੋਲ ਵਿਖਾਊ ਹੈ। ਇਹਦਾ ਬਾਈ ਇਹਨੇ ਕਹਿੰਦਾ ਮੈਂ ਸੂਏ ਸੋਣਾ, ਇਹ ਵੀ ਤੀਜਾ ਸੂਗੀ, ਤੀਜਾ ਹੀ ਇਹ ਸੂਗੀ। ਕਿੰਨਾ ਚਿਰ ਲੈਂਦੀ ਇਹ? ਇਹ ਤਿਆਰ ਹੀ ਆ ਜੀ, ਇਹ ਵੀ ਦੋ ਕੁ ਦਿਨ ਲਊ, ਦੋ ਤਿੰਨ ਦਿਨ, ਦੋ ਤਿੰਨ ਦਿਨ ਲਊ, ਹਾਂਜੀ, ਠੀਕ ਹੈ। ਰੇਟ ਦਾ? ਇਹਦਾ 2 ਘੱਟ 60 58,000 ਰੁਪਏ। 58,000, ਹਾਂਜੀ, ਇਹਨੂੰ ਵੀ ਖੋਲ ਲਾ ਦੋਸਤੋ। ਸਿੰਘ ਮੂੰਹ ਮੱਥਾ ਤੁਸੀਂ ਇੱਥੋਂ ਦੇਖ ਲਓ, 58,000 ਰੇਟ ਹੈ। ਦਿਨ ਹਜੇ ਨੇ 2 ਕੁ ਦਿਨ, ਬਾਈ ਜੀ ਦੱਸਦੇ ਵੀ ਇਹ ਲੈ ਜੂਗੀ। ਬਾਕੀ ਪਸ਼ੂ ਡਰਦਾ ਰਹਿੰਦਾ, ਇੱਕ ਘਰਾਂ ਦੇ ਵਿੱਚ ਦੋਸਤੋ ਭਲਿਆਰੇ ਨਹੀਂ ਪਾਏ ਜਾਂਦੇ, ਸਾਰੇ ਵੀਰਾਂ ਨੂੰ ਪਤਾ ਹੀ ਹੈ। ਹਵਾਨਾ ਦੋਸਤੋ ਦੇਖ ਸਕਦੇ ਹਾਂ ਤੁਸੀਂ,
ढांचा जो है जिवें दा है दोस्तों थोड़े सामने है, बस बांधे पई मिली जाए। सो दोस्तों इन्हें भी तीजे सूए सोना है, 58,000 रेट है। बाकी जो चीज़ है दोस्तों कोशिश है मोबाइल दे दिखाने की, थाना च बिथी चंगी है, बाकी हवाना जिदा का है दोस्तों तुसी वीडियो दे विचों देख ही रहे, थाना की जिहड़ी बनतर है वह भी तुसी देख सकते हो। सो दोस्तों अज की वीडियो दे विच तीन मझां बाई कोल सीगियां, तिन्ने थोनू दिखातियां, जिहड़ा पशु इन्हां चों कोई पसंद आउंदा है बाई होरां नूं कोई फोन करके इन्हां नाल गलबात कर सकते हैं। पशु खरीदण तों पहलां आ के देखो, आपदी तसली करके जचिया होया पशु जिहड़ा दोस्तों उहदा सौदा करो, ते सौदा करके उदू बाद च आपदी तसली नाल पशु नूं खोल के ले जा सकते हैं। धन्यवाद दोस्तों वीडियो देखने वास्ते।